ਸਤਿ ਸ਼੍ਰੀ ਅਕਾਲ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ। ਪੰਜਾਬ ਦੇ ਵਿੱਚ ਕਾਨੂੰਨ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਨਾਂ ਹੈ ਓਪਰੇਸ਼ਨ ਸੀਲ 7। ਇਸ ਮੁਹਿੰਮ ਹੇਠ ਪੰਜਾਬ ਦੀਆਂ ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਤੇ ਖਾਸ ਨਾਕੇ ਲਗਾਏ ਗਏ ਹਨ। ਇਹ ਨਾਕੇ ਨਸ਼ੇ, ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦੇ ਲਈ ਲਗਾਏ ਗਏ ਹਨ। ਪੰਜਾਬ ਪੁਲਿਸ ਥਾਰ ਗੱਡੀਆਂ, ਡਰੱਗ ਸਮਗਲਰਾਂ, ਐਕਸਾਈਜ਼ ਸਮਗਲਰਾਂ ਅਤੇ ਐਂਟੀ ਸੋਸ਼ਲ ਤੱਤਾਂ ਦੀ ਖਾਸ ਤੌਰ ਤੇ ਤਲਾਸ਼ੀ ਕਰ ਰਹੀ ਹੈ। ਇਹਨਾਂ ਨਾਕਿਆਂ ਤੇ ਹਰੇਕ ਵਾਹਨ ਦੀ ਚੌਖੀ ਜਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਵਿੱਚ ਪੰਜਾਬ ਪੁਲਿਸ ਨੂੰ ਹਿਮਾਚਲ ਪੁਲਿਸ ਦਾ ਵੀ ਵਿਸ਼ੇਸ਼ ਤੌਰ ਤੇ ਸਹਿਯੋਗ ਮਿਲ ਰਿਹਾ ਹੈ, ਕਿਉਂਕਿ ਇਹ ਸਮਗਲਰ ਪੰਜਾਬ ਹਿਮਾਚਲ ਦੀਆਂ ਸੀਮਾਵਾਂ ਰਾਹੀਂ ਤਸਕਰੀ ਕਰਦੇ ਹਨ। DGP ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹੇ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਕੁੱਲ 7 ਅੰਤਰਰਾਜੀ ਨਾਕੇ ਲਗਾਏ ਗਏ ਹਨ, ਜਿਨ੍ਹਾਂ ਦੇ ਵਿੱਚੋਂ 2 ਨਾਕੇ ਨੰਗਲ ਦੇ ਵਿੱਚ ਲੱਗੇ ਹਨ। ਨੰਗਲ ਦੇ ਵਿੱਚ ਇੱਕ ਨਾਕਾ ਮੈਦਪੁਰ ਰੋਡ ਉੱਤੇ ਲਗਾਇਆ ਗਿਆ ਹੈ, ਤੇ ਜਦੋਂ ਕਿ ਦੂਸਰਾ ਨਾਕਾ ਬਰਮਲਾ ਬੈਰੀਅਰ ਤੇ ਲਗਾਇਆ ਗਿਆ ਹੈ। ਨੰਗਲ ਦੇ ਨਾਕੇ DSP ਕੁਲਵੀਰ ਸਿੰਘ ਠੱਕਰ ਸੰਧੂ ਦੀ ਅਗਵਾਈ ਦੇ ਵਿੱਚ ਲਗਾਏ ਗਏ ਹਨ, ਤੇ ਉਹਨਾਂ ਨੇ ਖੁਦ ਇਹਨਾਂ ਨਾਕਿਆਂ ਉੱਤੇ ਜਾ ਕੇ ਚੈਕਿੰਗ ਕੀਤੀ ਅਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਉਧਰ ਦੂਜੇ ਪਾਸੇ SSP ਰੋਪੜ ਗੁਲਨੀਤ ਸਿੰਘ ਖੁਰਾਨਾ ਵੱਲੋਂ ਵੀ ਵਿਸ਼ੇਸ਼ ਤੌਰ ਉੱਤੇ ਇਹਨਾਂ ਨਾਕਿਆਂ ਉੱਤੇ ਪੁੱਜ ਕੇ ਚੈਕਿੰਗ ਕੀਤੀ ਗਈ ਅਤੇ ਇਹਨਾਂ ਨਾਕਿਆਂ ਉੱਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਚਲੋ ਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ DSP ਨੰਗਲ ਅਤੇ SSP ਰੋਪੜ ਦਾ ਕੀ ਕਹਿਣਾ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਇਹਦੇ ਆਪਰੇਸ਼ਨ ਸੀਲ ਦੇ ਤਹਿਤ ਸਵਾ 6 ਵਜੇ ਦੇ ਆਪਾਂ ਨਾਕੇ ਲਗਾਏ ਨੇ, ਸਪੈਸ਼ਲ ਨਾਕਾਬੰਦੀ ਇੰਟਰ ਸਟੇਟ ਹਿਮਾਚਲ ਔਰ ਪੰਜਾਬ ਦੇ ਸਾਂਝੇ ਥਾਣਿਆਂ ਦੀ ਸਾਂਝੀ ਪੁਲਿਸ ਦੇ ਨਾਲ ਇੰਟਰ ਸਟੇਟ ਹਾਈਟੈਕ ਨਾਕੇ ਲਗਾਏ ਗਏ ਆ। ਇਹਦੇ ਵਿੱਚ ਡਰੱਗ ਐਕਸਾਈਜ਼ ਦੇ ਸਮਗਲਰਾਂ ਦਾ ਪੁਆਇੰਟ ਆ ਸਾਡਾ, ਅਤੇ 2 ਵੀਲਰ ਅਤੇ ਥਾਰ ਗੱਡੀਆਂ ਸਪੈਸ਼ਲ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਹੈ। ਕਿੰਨੇ ਵਜੇ ਸਰ ਨਾਕਾ ਲੱਗਿਆ, ਕਿੰਨੇ ਵਜੇ ਤੱਕ ਚੱਲੇਗਾ? ਇਹ 6 ਤੋਂ 2 ਟਾਈਮ ਆ ਜੀ, ਪ੍ਰੋਪਰ ਲਿਸਟ ਬਣਾਈ ਜਾ ਰਹੀ ਹੈ। ਇਹਦੇ 'ਚ ਵਾਹਨ ਐਪ ਔਰ ਪਾਇਸ ਐਪ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਸ਼ੱਕੀ ਬੰਦੇ ਰਾਊਂਡ ਅਪ ਕੀਤੇ ਜਾ ਰਹੇ ਨੇ, ਬਾਕੀ ਕੋਈ ਇਹਦੇ ਸੰਬੰਧੀ ਕੀ ਪ੍ਰਾਪਤੀ ਹੈ ਸਾਡੀ ਉਹ 2 ਵਜੇ ਤੋਂ ਬਾਅਦ ਆਪਾਂ ਸਾਂਝੀ ਕਰਾਂਗੇ। ਫਿਲਹਾਲ ਹੁਣ ਤੱਕ ਕੋਈ ਹੋਇਆ ਇਸ ਤਰ੍ਹਾਂ ਦਾ ਕੋਈ ਟ੍ਰੇਸ? ਬਸ ਕਰ ਰਿਹਾ, ਚੱਲ ਰਿਹਾ ਜੀ, ਨਾਲ ਵੈਰੀਫਿਕੇਸ਼ਨ ਚੱਲ ਰਹੀ ਹੈ ਸ਼ੱਕੀਆਂ ਦੀ, ਜਦੋਂ ਕੋਈ ਬਰਾਮਦਗੀ ਹੁੰਦੀ ਹੈ ਤੁਹਾਨੂੰ ਦੱਸਣਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਮੁਹਿੰਮ ਚੱਲਦੀ ਰਹੂਗੀ? ਬਿਲਕੁਲ ਜੀ, ਆਪਣੇ ਤੌਰ 'ਤੇ ਵੀ ਅਸੀਂ ਲਵਾਉਂਦੇ ਹਾਂ, ਥਾਣਿਆਂ 'ਚੋਂ ਆਪ ਵੀ ਲੱਗਦੇ ਨੇ, ਅਸੀਂ ਵੀ ਲਵਾਉਂਦੇ ਹਾਂ, ਉੱਪਰੋਂ ਜਿਹੜੀਆਂ ਪ੍ਰੋਗਰਾਮ ਬਣ ਕੇ ਆਏ ਨੇ ਉਹਨਾਂ ਮੁਤਾਬਕ। ਨਾਲੇ ਹਿਮਾਚਲ ਪੁਲਿਸ ਵੀ ਵੇਖਣ ਨੂੰ ਮਿਲ ਰਹੀ ਹੈ ਜੀ? ਬਿਲਕੁਲ ਜੀ, ਪਹਿਲਾਂ ਆਪਾਂ ਉਹ ਦੂਸਰਾ ਸੀਗਾ ਕਿਹੜੇ ਥਾਣੇ ਦਾ, ਬਿਲਾਸਪੁਰ ਤੇ ਉਹ, ਤੇ ਹੁਣ ਇਹ ਹੈਗਾ ਉਨਾ, 2 ਲਗਾਏ ਜੀ। ਕਿੰਨੀ ਜਗ੍ਹਾ ਤੇ ਲੱਗੇ ਜੀ ਨੰਗਲ? 2 ਲਗਾਏ ਅਸੀਂ, 2, ਇੱਕ ਉਨਾ ਡਿਸਟ੍ਰਿਕਟ ਬੈਰੀਅਰ ਤੇ ਔਰ ਇੱਕ ਬਿਲਾਸਪੁਰ ਤੇ, ਦੋਨਾਂ ਨਾਕਿਆਂ ਦੀ ਹਿਮਾਚਲ ਦੀ ਪੁਲਿਸ ਸਾਡੇ ਨਾਲ। ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਹੈਗਾ ਅੱਜ ਪੰਜਾਬ ਸੂਬੇ ਵਿੱਚ ਜਿਹੜੇ ਵੀ ਸਰਹੱਦੀ ਇਲਾਕੇ ਹੈਗੇ ਨੇ ਜਿੱਥੇ ਇੰਟਰ ਸਟੇਟ ਬਾਰਡਰ ਲੱਗਦਾ ਹੈਗਾ, ਉੱਥੇ ਇੰਟਰ ਸਟੇਟ ਨਾਕਾਬੰਦੀ ਕਰਕੇ ਆਪਰੇਸ਼ਨ ਸੀਲ ਜਿਹੜਾ ਹੈਗਾ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈਗਾ। ਉਸੇ ਸਿਲਸਿਲੇ ਵਿੱਚ ਰੋਪੜ ਜ਼ਿਲ੍ਹੇ 'ਚ ਅਸੀਂ 7 ਥਾਵਾਂ 'ਤੇ ਨਾਕੇ ਲਾਏ ਹੈਗੇ ਨੇ, ਜਿਹਦੇ 'ਚ ਹਿਮਾਚਲ ਦੇ ਨਾਲ ਜਿਹੜੇ ਸਾਡੇ ਬਾਰਡਰ ਲੱਗਦੇ ਹੈਗੇ ਨੇ ਉੱਥੇ ਆਪਾਂ ਨਾਲ ਜਿਹੜੀ ਹਿਮਾਚਲ ਪੁਲਿਸ ਵੀ ਸਾਡੇ ਨਾਲ ਲੱਗੀ ਹੋਈ ਹੈ, ਮੁਸਤੈਦ ਹੈਗੀ ਹੈ, ਅਸੀਂ ਚੈਕਿੰਗ ਕਰ ਰਹੇ ਹੈਗੇ ਹਾਂ, ਔਰ ਜਿਹੜੇ ਵੀ ਮਾੜੇ ਸ਼ੱਕ ਅੰਸਰ ਹੈਗੇ ਨੇ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਨੱਤ ਪਾਉਣ ਵਾਸਤੇ ਸ਼ੱਕੀ ਵਹੀਕਲ, ਸ਼ੱਕੀ ਗੱਡੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਚੈਕਿੰਗ ਕਰ ਰਹੇ ਹੈਗੇ ਹਾਂ। ਔਰ ਮੇਨ ਮਕਸਦ ਸਾਡਾ ਇਹੀ ਹੈਗਾ ਕਿ ਜਿਹੜਾ ਡਰੱਗਸ ਦੀ ਮੂਵਮੈਂਟ, ਐਕਸਾਈਜ਼ ਦੀ ਮੂਵਮੈਂਟ ਜਾਂ ਜਿਹੜੇ ਅਪਰਾਧਿਕ ਗਤੀਵਿਧੀ ਵਾਲੇ ਬੰਦੇ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਚੈੱਕ ਕੀਤਾ ਜਾਵੇ, ਰੋਕਿਆ ਜਾਵੇ। ਇਹਦੇ ਵਿੱਚ ਸਾਡੇ ਕੋਲ ਜਿਹੜੇ ਟੈਕਨੀਕਲ ਗੈਜਟਸ ਹੈਗੇ ਨੇ ਉਹਨਾਂ ਦਾ ਵੀ ਆਪਾਂ ਇਸਤੇਮਾਲ ਕਰ ਰਹੇ ਹੈਗੇ ਹਾਂ, ਔਰ ਸਾਨੂੰ ਬਹੁਤ ਉਮੀਦ ਹੈਗੀ ਹੈ ਕਿ ਇਹਦੇ 'ਚ ਕੁਝ ਨਾ ਕੁਝ ਰਿਕਵਰੀਆਂ ਵੀ ਹੋਣਗੀਆਂ।